Hello everyone, you all are welcomed in this video lecture. ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ ਰਾਈਟਿੰਗ ਟਾਸਕ 2 ਜਿਸ ਨੂੰ ਐਸਏ ਕਿਹਾ ਜਾਂਦਾ ਹੈ ਐਸਏ ਦਾ ਡਿਸਕਸ ਕਰਾਂਗੇ। ਹੈਡਿੰਗ ਆਲਰੇਡੀ ਮੈਂ ਮੈਂਸ਼ਨ ਕੀਤੀ ਹੋਈ ਹੈ ਬੋਰਡ ਦੇ ਉੱਪਰ। ਰੀਜ਼ਨਸ ਐਂਡ ਇਫੈਕਟਸ ਆਫ ਗਲੋਬਲ ਵਾਰਮਿੰਗ। ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵਾਟ ਇਜ਼ ਗਲੋਬਲ ਵਾਰਮਿੰਗ। ਇਸ ਟੌਪਿਕ ਦੇ ਵਿੱਚ ਅਸੀਂ ਰੀਜ਼ਨਸ ਅਤੇ ਇਫੈਕਟਸ ਨੂੰ ਮੈਂਸ਼ਨ ਕਰਾਂਗੇ ਬੋਡੀ ਪੈਰਾਗ੍ਰਾਫਸ ਬਣਾ ਕੇ। ਮੈਂ ਤੁਹਾਨੂੰ ਕੀ ਪੁਆਇੰਟਸ ਦੱਸੂੰਗੀ ਔਰ ਕੁਝ ਵਕੈਬ ਅਸੀਂ ਇਹਦੇ ਵਿੱਚ ਯੂਜ਼ ਕਰਾਂਗੇ ਜਿਹੜੀ ਕਿ ਕੋਈ ਵੀ ਇਨਵਾਇਰਮੈਂਟ ਨਾਲ ਰਿਲੇਟਡ ਤੁਹਾਨੂੰ ਟੌਪਿਕ 'ਤੇ ਆ ਜਾਵੇ ਜਾਂ ਤੁਹਾਨੂੰ ਕਰਨਾ ਪਵੇ ਤਾਂ ਤੁਸੀਂ ਉਹ ਵਰਡਸ ਨੂੰ ਯੂਟੀਲਾਈਜ਼ ਕਰ ਸਕਦੇ ਹੋ। ਕੁਝ ਕੁ ਵਰਡਸ ਮੈਂ ਇੰਟਰੋ ਦੇ ਵਿੱਚ ਯੂਜ਼ ਕੀਤੇ ਹੋਏ ਹੈ। ਸਭ ਤੋਂ ਪਹਿਲਾਂ ਗਲੋਬਲ ਵਾਰਮਿੰਗ ਕਹਿੰਦੇ ਕਿਸ ਚੀਜ਼ ਨੂੰ ਆ, ਆਈ ਹੈਵ ਆਲਰੇਡੀ ਐਕਸਪਲੇਨ ਔਨ ਦੀ ਬੋਰਡ। ਸੋ ਇੰਟਰੋ 'ਤੇ ਲਿਖੀ ਹੋਈ ਹੈ, ਗਲੋਬਲ ਵਾਰਮਿੰਗ ਇਜ਼ ਦੀ ਇਨਕਰੀਜ ਇਨ ਓਵਰਆਲ ਟੈਂਪਰੇਚਰ ਆਫ ਦੀ ਅਰਥ ਕਲਾਈਮੇਟ ਸਿਸਟਮ। ਗਲੋਬਲ ਦਾ ਮਤਲਬ ਸਾਰਾ ਦਾ ਸਾਰਾ ਗਲੋਬ, ਵਾਰਮ ਦਾ ਮਤਲਬ ਹੁੰਦਾ ਗਰਮ, ਸਾਡਾ ਜਿਹੜਾ ਸਾਰਾ ਸਿਸਟਮ ਹੈ ਉਹ ਕੀ ਹੋ ਰਿਹਾ, ਸਾਰਾ ਦਾ ਸਾਰਾ ਗਰਮ ਹੋ ਰਿਹਾ। ਗਲੋਬਲ ਵਾਰਮਿੰਗ ਜਿਹੜਾ ਹੈ ਇਹ ਟੈਂਪਰੇਚਰ, ਜਿਹੜਾ ਓਵਰਆਲ ਟੈਂਪਰੇਚਰ ਹੈ ਇਹਦੇ ਵਿੱਚ ਇਨਕਰੀਜ਼ ਹੋ ਰਿਹਾ, ਵਾਧਾ ਹੋ ਰਿਹਾ ਆਫ ਦੀ ਅਰਥਸ ਕਲਾਈਮੇਟ, ਜਿੰਨੇ ਵੀ ਸਾਡੇ ਅਰਥ ਦੇ ਉੱਪਰ ਕਲਾਈਮੇਟ ਹੈ ਉਹਨਾਂ ਦੇ ਵਿੱਚ। ਦਿਸ ਪ੍ਰੋਬਲਮ ਇਜ਼ ਗੈਟਿੰਗ ਗਰੀਮਰ। ਹੁਣ ਇੱਥੇ ਵਰਡ ਲਿਖਿਆ ਹੋਇਆ ਗੈਟਿੰਗ ਗਰੀਮਰ, ਜਿਸ ਦਾ ਮਤਲਬ ਹੁੰਦਾ ਹੈ ਦਿਨੋ ਦਿਨ ਗੰਭੀਰ, ਜੋ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਹੈ ਉਸਨੂੰ ਅਸੀਂ ਗੈਟਿੰਗ ਗਰੀਮਰ ਕਹਿੰਦੇ ਹਾਂ। ਦਿਨੋ ਦਿਨ ਦੀ ਇੰਗਲਿਸ਼ ਇੱਥੇ ਲਗਾਈ ਹੋਈ ਹੈ ਬਾਏ ਡੇ ਐਂਡ ਏਜ, ਕਾਫੀ ਸਟੂਡੈਂਟਸ ਕਨਫਿਊਜ਼ ਹੋ ਜਾਂਦੇ ਆ। ਤੁਸੀਂ ਡੇ ਬਾਏ ਡੇ ਵੀ ਲਿਖ ਸਕਦੇ ਹੋ, ਬਾਏ ਡੇ ਐਂਡ ਏਜ ਵੀ ਲਿਖ ਸਕਦੇ ਹੋ। ਤਾਂ ਇਸ ਦੀ ਲਾਈਨ ਦੀ ਪੰਜਾਬੀ ਬਣੀ ਕਿ ਇਹ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਦਿਸ ਐਸੇ ਵਿਲ ਗਿਵ ਐਨ ਇਨਸਾਈਟ ਇਨ ਟੂ, ਗਿਵ ਐਨ ਇਨਸਾਈਟ ਇਨ ਟੂ ਦਾ ਮਤਲਬ ਹੁੰਦਾ ਅੰਦਰ ਤੱਕ ਛਾਨਬੀਨ ਕਰਨਾ, ਡਿਸਕਸ ਕਰਨਾ। ਇਹ ਐਸੇ ਅੰਦਰ ਤੱਕ ਛਾਨਬੀਨ ਕਰੇਗਾ ਰੀਜ਼ਨਸ ਨੂੰ, ਇਫੈਕਟਸ ਨੂੰ ਆਉਣ ਵਾਲੇ ਪੈਰਾਗ੍ਰਾਫਸ ਦੇ ਵਿੱਚ। ਸੋ ਦਿਸ ਇਜ਼ ਦੀ ਇੰਟਰੋਡਕਸ਼ਨ ਵਿੱਚ ਯੂ ਕੈਨ ਜੋਟ ਇਟ ਡਾਊਨ। ਇੰਟਰੋਡਕਸ਼ਨ ਤੋਂ ਬਾਅਦ ਅਸੀਂ ਕਰਾਂਗੇ ਬੋਡੀ ਪੈਰਾਗ੍ਰਾਫ 1। ਬੋਡੀ ਪੈਰਾਗ੍ਰਾਫ 1 ਸਟਾਰਟ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਲਿੰਕਰ ਲਗਾ ਸਕਦੇ ਹੋ, ਜਿਵੇਂ ਕਿ ਟੂ ਬਿਗਿਨ ਵਿਦ, ਐਟ ਦੀ ਆਊਟਸੈਟ, ਟੂ ਕਮੈਂਸ ਵਿਦ ਜਾਂ ਪ੍ਰਾਈਮਾ ਫੇਸ਼ੀਆ। ਇਹਦੇ ਲਈ ਮੈਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਯੂਜ਼ਫੁੱਲ ਲਿੰਕਰਸ ਕਰਕੇ ਸਾਰੇ ਸ਼ੇਅਰ ਕੀਤੇ ਹੋਏ ਹੈ ਕਿ ਬੋਡੀ ਪੈਰਾਗ੍ਰਾਫ 1 'ਚ ਕਿਹੜਾ ਲਿੰਕਰ ਲਗਾਉਣਾ ਹੈ, ਸੈਕਿੰਡ 'ਚ ਕਿਹੜਾ ਲਗਾਉਣਾ ਹੈ, ਟਾਸਕ 1 'ਚ ਕਿਹੜੇ ਲਿੰਕਰਸ ਲਗਾ ਸਕਦੇ ਹੋ, ਟਾਸਕ 2 'ਚ ਕਿਹੜੇ। ਕਾਫੀ ਸਾਰੇ ਲਿੰਕਰਸ ਮੈਂ ਡਿਸਕਸ ਕੀਤੇ ਹੋਏ ਹੈ, ਲੇਕਿਨ ਤੁਸੀਂ ਉਹ ਵੀ ਚੂਜ਼ ਕਰਨਾ ਹੈ ਜੋ ਤੁਹਾਨੂੰ ਯਾਦ ਰਹਿ ਜੇ। ਤਾਂ ਹੁਣ ਅਸੀਂ ਗਲੋਬਲ ਵਾਰਮਿੰਗ ਦੇ ਪਹਿਲਾਂ ਰੀਜ਼ਨਸ ਦਾ ਇੱਕ ਬੋਡੀ ਪੈਰਾਗ੍ਰਾਫ ਬਣਾਵਾਂਗੇ। ਪੁਆਇੰਟਸ ਆਲਰੇਡੀ ਮੈਂ ਲਿਖੇ ਹੋਏ ਆ, ਆਈ ਵਿਲ ਜਸਟ ਡਿਸਕਸ ਦੀਸ ਪੁਆਇੰਟਸ। ਤਾਂ ਦੇਖੋ, ਲਿੰਕਰ ਲਗਾਉਣ ਤੋਂ ਬਾਅਦ ਅਸੀਂ ਕੀ ਲਿਖ ਸਕਦੇ ਹਾਂ ਕਿ ਦੀ ਚੀਫ ਕੌਜ਼ ਇਜ਼ ਬਰਜਨਿੰਗ ਪਾਪੂਲੇਸ਼ਨ। ਵਰਜਨ ਦਾ ਮਤਲਬ ਹੁੰਦਾ ਹੈ ਤੇਜ਼ੀ ਨਾਲ ਵਧਣਾ, ਜਿਹਦੇ ਲਈ ਤੁਸੀਂ ਸਵੈਲਿੰਗ ਆ ਜਾਂ ਬਲਜਿੰਗ ਵਰਡ ਵੀ ਲਗਾ ਸਕਦੇ ਹੋ। ਇੱਕ ਵਰਡ ਹੁੰਦਾ ਮਸ਼ਰੂਮ, ਵੈਸੇ ਇੱਕ ਵੈਜੀਟੇਬਲ ਹੁੰਦੀ ਹੈ, ਮਸ਼ਰੂਮ ਦਾ ਮਤਲਬ ਵੀ ਹੁੰਦਾ ਤੇਜ਼ੀ ਨਾਲ ਵਧਣਾ। ਇੱਕ ਕਾਰਨ ਗਲੋਬਲ ਵਾਰਮਿੰਗ ਵਧਣ ਦਾ ਹੈਗਾ ਕਿ ਪਾਪੂਲੇਸ਼ਨ ਜਿਹੜੀ ਹੈਗੀ ਉਹ ਦਿਨੋ ਦਿਨ ਕੀ ਹੋ ਰਹੀ ਹੈ, ਵੱਧ ਰਹੀ ਹੈ। ਸੈਕਿੰਡ ਰੀਜ਼ਨ ਲਿਖਿਆ ਹੋਇਆ ਹੈ ਐਗਜ਼ਿੰਗ ਆਫ ਟ੍ਰੀਜ਼ ਰੈਕਲੈਸਲੀ। ਰੈਕਲੈਸਲੀ ਦੀ ਜਗ੍ਹਾ 'ਤੇ ਤੁਸੀਂ ਇਨਡਿਸਕ੍ਰਿਮੀਨੇਟਲੀ ਵੀ ਲਿਖ ਸਕਦੇ ਹੋ, ਜਿਹੜਾ ਪੰਜਾਬੀ 'ਚ ਮੀਨਿੰਗ ਹੈਗਾ ਅੰਨੇਵਾਹ। ਅੰਨੇਵਾਹ ਜਿਹੜੇ ਦਰਖਤ ਹੈ ਉਹਨਾਂ ਦੀ ਕਟਾਈ ਹੋ ਰਹੀ ਹੈ, ਇੱਕ ਅਸੀਂ ਭੁਲਾੜੀ ਨੂੰ ਕਹਿੰਦੇ ਹਾਂ। ਤੁਸੀਂ ਇੱਥੇ ਚੌਪਿੰਗ ਆਫ ਟ੍ਰੀਜ਼ ਲਿਖ ਸਕਦੇ ਹੋ, ਡੀਫੋਰੈਸਟੇਸ਼ਨ ਵੀ ਲਿਖ ਸਕਦੇ ਹੋ। ਨੈਕਸਟ ਲਿਖਿਆ ਰਾਈਜ਼ ਇਨ ਗ੍ਰੀਨ ਹਾਊਸ ਗੈਸਿਸ, ਬਹੁਤ ਵੱਧ ਰਹੀਆਂ ਨੇ ਗ੍ਰੀਨ ਹਾਊਸ ਗੈਸਿਸ 'ਚ ਵਾਧਾ ਹੋ ਰਿਹਾ, ਜਿਹੜਾ ਇਹ ਵੀ ਇੱਕ ਗਲੋਬਲ ਵਾਰਮਿੰਗ ਦਾ ਕਾਰਨ ਹੈ। ਵਹੀਕਲਸ ਪਲਾਈਂਗ ਔਨ ਦੀ ਰੋਡਸ ਇਜ਼ ਆਲਸੋ ਇਨਕਰੀਜ਼ਿੰਗ। ਪਲਾਈ ਦਾ ਮਤਲਬ ਹੁੰਦਾ ਸੜਕਾਂ 'ਤੇ ਚੱਲਣਾ, ਤਾਂ ਜਿਹੜੇ ਵਹੀਕਲ ਸੜਕਾਂ 'ਤੇ ਚੱਲ ਰਹੇ ਉਹ ਵੀ ਵੱਧ ਰਹੇ ਹੈ, ਜਿਹਦੇ ਨਾਲ ਕੀ ਹੋ ਰਿਹਾ ਟ੍ਰੈਫਿਕ ਚੌਕਾ ਬਲੌਕ ਜਾਂ ਟ੍ਰੈਫਿਕ ਬੋਟਲ ਨੈਕਸ, ਟ੍ਰੈਫਿਕ ਕੰਜੈਸਟਨ ਤੁਸੀਂ ਕਹਿ ਸਕਦੇ ਹੋ ਵੱਧ ਰਿਹਾ ਹੈ। ਬਰਨਿੰਗ ਆਫ ਫੋਸਿਲ ਫਿਊਲਸ ਇਨ ਇੰਡਸਟਰੀਜ਼, ਜਿਹੜੇ ਫੋਸਿਲ ਫਿਊਲਸ ਹੈ ਬਰਨ ਹੁੰਦੇ ਆ ਉਹ ਵੀ ਵੱਧ ਰਹੇ ਨੇ ਇੰਡਸਟਰੀਜ਼ 'ਚ, ਜਿਹਦੇ ਨਾਲ ਕੀ ਹੁੰਦਾ ਪੰਪ ਆਊਟ ਓਬਨੋਕਸ਼ੀਅਸ ਗੈਸਿਸ। ਪੰਪ ਆਊਟ ਹੁੰਦਾ ਬਾਹਰ ਕੱਢਣਾ, ਜਿਹਦੇ ਨਾਲ ਹਾਨੀਕਾਰਕ ਗੈਸਿਸ ਜਿਹੜੀਆਂ ਉਹ ਬਾਹਰ ਨਿਕਲਦੀਆਂ, ਜਿਹਦੇ ਨਾਲ ਟੈਂਪਰੇਚਰ ਜਿਹੜਾ ਹੈਗਾ ਨੋਰਮਲ ਤੋਂ ਵੱਧ ਜਾਂਦਾ। ਕਾਰਬਨ ਡਾਈਆਕਸਾਈਡ, ਮਿਥੇਨ, ਨਾਈਟਰਸ ਆਕਸਾਈਡ, ਵਾਟਰ ਵੈਪਰ, ਇਹ ਵੀ ਰਿਸਪੋਂਸੀਬਲ ਹੈਗੇ ਨੇ ਗਲੋਬਲ ਵਾਰਮਿੰਗ ਦੇ ਲਈ। ਅਤੇ ਨੈਕਸਟ ਲਿਖਿਆ ਹੋਇਆ ਏਅਰ ਕੰਡੀਸ਼ਨ ਰੈਫਰੀਜਰੇਟਰ, ਇਹ ਰਿਲੀਜ਼ ਕਰਦੇ ਨੇ CFCs, ਰਿਲੀਜ਼ ਦੇ ਸਪੈਲਿੰਗ ਅਸੀਂ ਸੈੱਟ ਕਰਾਂਗੇ। ਕਲੋਰੋ ਫਲੋਰੋ ਕਾਰਬਸ ਜਿਹਨੂੰ ਬੋਲਦੇ ਹੈ ਉਹ ਵੀ ਰੈਫਰੀਜਰੇਟਰ ਹੋ ਗਏ, ਏਅਰ ਕੰਡੀਸ਼ਨ ਹੋ ਗਏ, ਰਿਲੀਜ਼ ਕਰਦੇ ਛੱਡਦੇ ਹੈ। ਰਿਜ਼ਲਟੈਂਟਲੀ ਨਤੀਜੇ ਵਜੋਂ ਕੀ ਹੁੰਦਾ, ਓਜ਼ੋਨ ਲੇਅਰ ਜਿਹੜੀ ਹੈ ਉਹ ਦਿਨੋ ਦਿਨ ਡਿਪਲੀਟ ਹੋ ਰਹੀ ਹੈ। ਤੁਸੀਂ ਇਹਨਾਂ ਰੀਜ਼ਨਸ ਨੂੰ ਹੋਰ ਵੀ ਤਰੀਕੇ ਨਾਲ ਐਗਜ਼ੈਜ਼ਰੇਟ ਕਰਕੇ ਲਿਖ ਸਕਦੇ ਹੋ। ਐਗਜ਼ੈਜ਼ਰੇਟ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ
unnecessary information add करूँ, which link कर सी, what is more, moreover, more so, ताकि थोड़ा body paragraph वगैरह तरीके ना बन सके. Second body paragraph दे विच असी डिस्कस करांगे इहदे इफेक्ट्स की हुंदे ने ग्लोबल वार्मिंग दे. सैकेंड बॉडी पैराग्राफ असी करांगे इफेक्ट्स ग्लोबल वार्मिंग दे की प्रभाव पै सकते हैं. तो बॉडी पैराग्राफ टू स्टार्ट करन दे लई ऑलरेडी मैं लिंकर लिखा हुआ है ऑन दी अदर कैंप, यानी कि दूसरे पास, क्योंकि पहला असी रीजनस नू एक्सप्लेन किया सी, हुण असी इफेक्ट्स लिखन जा रहे हैं. ग्लोबल वार्मिंग में लीड टू डेवास्टेटिंग आउटकम्स. डेवास्टेटिंग हुंदा है तबाही वाले आउटकम्स, हुंदा है नतीजे, यानी कि ग्लोबल वार्मिंग दे नाल तबाही वाले नतीजे जिहड़े है वो निकल सकते हैं. इट इज बिग मैनस टू अस, जिहड़ी इहदी प्रोनंसिएशन है दैट इज मैनस, जिहदा मतलब हुंदा खतरा. जे तुहानूं लग रहा है वर्ड टफ है तां तुसीं थ्रेट भी लिख सकते हो. इह जिहड़ा सारा हो रिहा ना ग्लोबल वार्मिंग च वाधा हो रिहा है, साडे लई की है, इह खतरा है. ग्लेशियर्स आर मेल्टिंग, जिहड़े ग्लेशियर्स ने जिवें असीं स्नो कैप्ड माउंटेन्स बोल सकते हैं, बर्फ नाल ढके पहाड़ है, वह की हो रहे हैं, मेल्ट हो रहे हैं, यानी कि खुर रहे हैं. या तुसीं मेल्ट की जगह पर रीट्रेटिंग वर्ड भी लिख सकते हो. वैसे रीट्रेट का मतलब होता पिछे नूं खिसकना, यानी कि पिघलना. एज अ सीक्वल टू इट, प्रीवियस बॉडी पैराग्राफ असीं यूज किया वर्ड रिजल्टेंटली, जिहदा मतलब होंदा नतीजे वजों. पर तुसीं रेपिटेशन ना हो इस करके तुसीं अनदर लिंकर यूज कर सकते हो एज अ सीक्वल टू इट, जिहदा मतलब है नतीजे वजों. जिहड़े ग्लेशियर्स मेल्ट हो रहे उहदे नाल की हो रहा, वाटर लैवल ऑफ सीज एंड ओशियंस आर राइजिंग. जदों मेल्ट हो रहा है तो जिहड़ा समुद्र ने जिहड़े ओशियंस ने उहनां दा वाटर लैवल की हो रहा वध रहा है. कोस्टल रीजनस, कोस्टल रीजनस हुंदे आ उह रीजनस हुंदे आ जो पाणी दे आसे पासे बसे हुए हुंदे आ, लाइक पाणी दे समुद्र या किसी होर दे किनारियां ते बसे हुंदे आ, दैट इज कॉल्ड कोस्टल रीजनस. कोस्टल रीजनस मे सबमर्ज इन टू सीज, उह की हो सकदे ने समुद्र दे विच घुल मिल सकदे ने. विच कैन कॉज ऑफ फ्लड, जिहदा कारण की हो सकदा है, हड़ आ सकदे ने. एंड मैनी पीपल आर लॉसिंग देयर लाइफ्स, ते बहुत सारे लोग इहदे नाल की हो रहे ने, जाना गवा रहे ने या गवा सकदे ने. तुसीं इत्थे मे भी लिख सकदे हो. वैदर इज बिकमिंग अनप्लीजेंट, वैदर जिहड़ा है अनप्लीजेंट बन रहा है. जदों बारिश होनी है उदों बारिश आनी हो रही है, टैंपरेचर बहुत वध रहा है, गर्मी बहुत पै रही है या सर्दी बहुत पै रही है. मैनी स्पीशीज, स्पीशीज मीनस एनीमल्स दियां लगा सकते हो. स्पीशीज जिहड़ियां हैगियां ने जिहनूं किस्मां कहिंदे आ पंजाबी च, आर डिसअपीयर, यानी कि खत्म हो रहियां ने. डिसअपीयर की जगह तुसीं वैनिश यूज कर सकते हो या गैटिंग एक्सटेंट वर्ड तुसीं यूज कर सकते हो. हुण असीं करांगे इस टॉपिक का कंकलूजन. कंकलूजन के लिए सब तो पहला फिर तुसीं लिंकर लगा सकते हो, लाइक इना क्रक्स, टू इनकैप्सुलेट, सिंपल जे जो तुहानूं याद रह सकन. अदरवाइज अगेन आई वॉन्ट टू टैल यू दैट कि मैं लिंकरस वाली जिहड़ी वीडियो है ऑलरेडी मैं अपलोड की हुई है यूट्यूब पर. हुण देखो असी कंकलूजन किवें लिखना है. इन कंपेंडियम यानी कि क्रक्स कढ़दे हुए, हैविंग पोंडर्ड ओवर रीजनस एंड इफेक्ट्स. हैविंग का मतलब हुंदा बाद, पोंडर ओवर हुंदा डिस्कस करना. सारी लाइन की पंजाबी बनी कि रीजनस ते इफेक्ट्स नूं डिस्कस करन तो बाद, इट इज़ विविड दैट, विविड हुंदा क्लीयर है कि इफेक्ट्स ऑफ ग्लोबल वार्मिंग रिपल थ्रू एवरी वॉक ऑफ लाइफ. तुसीं वॉक ऑफ लाइफ की जगह पर डोमेन ऑफ लाइफ या स्फीयर ऑफ लाइफ या रैलम ऑफ लाइफ या सैक्टर ऑफ लाइफ, होर भी बड़े सिनोनिम ने, जिहदा मतलब यह है कि ग्लोबल वार्मिंग जिहड़ा है जिहदे इफेक्ट्स है वह रिपल थ्रू ने जिंदगी दे हरेक खेत्र दे विच. इस करके हाई नीड है, बहुत ज़्यादा जरूरत है इस प्रॉब्लम नूं ओवरकम किया जाए विद द हेल्प ऑफ अवेयरिंग मासेस, लोगों नूं जागरूक करके थ्रू मीडिया एंड बाय गवर्नमेंट. असी इत्थे एंड यूज करांगे. रिपल थ्रू का मैं मीनिंग तुहानूं दसना चाहुंदी हां. इहदी बहुत सिंपल जी एग्जाम्पल है, जे तुसीं गूगल ते इहदे सिनोनिम भरो तां उत्थे वर्ड आएगा वेव. वेव्स मीनस लहरा बननी आ. सो जदों असी पानी दे विच कोई पत्थर मारदे हाँ जां कोई असी चीज़ सिटदे हैं जिहदे नाल आसे पासे लहरा बनदियां ने, दैट इज़ कॉल्ड रिपल, यानी कि फैलना, स्प्रेड होना, राइट. सो दिस वॉज द टॉपिक एंड आइलेट्स राइटिंग टास्क 2 ते बाकियां होर वीडियोज़ के लिए तुसीं मेरा चैनल सबसक्राइब कर सकते हो. मिलांगे नैक्सट होर वीडियोज़ के लिए. थैंक यू वेरी वेरी मच. एक गल मैं होर कहना चाहनी, जे किसी स्टूडेंट नूं कोई इनकुआरी है, कोई क्वेश्चन है, थ्रू कमेंट्स वो डिस्कस कर सकते हैं. थैंक यू वेरी मच एंड ऑल द बेस्ट टू ऑल ऑफ यू.